ਸਨੀ ਤਾਲੀਵਾਲ ਦੀ ਕਵਿਤਾ ਹੈ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇਕਰ ਕਾਰ ਹੌਲੀ ਚਲਾਵਾਂ ਤਾਂ ਵੀ ਲੋਕ ਹੌਨ ਮਾਰਦੇ ਆ ਉਂਗਲ ਖੜੀ ਕਰਕੇ ਕਹਿੰਦੇ ਪਾਸੇ ਹਟ ਤੂੰ ਤਾਂ ਵਹਿਲਾ ਅਸੀਂ ਤਾਂ ਕੰਮਾਂ ਤੇ ਜਾਣਾ ਜੇ ਤੇਜ਼ ਚਲਾਵਾਂ ਤਾਂ ਵੀ ਹੌਨ ਮਾਰਦੇ ਕਹਿੰਦੇ ਸ਼ਰਮ ਨਹੀਂ ਆਉਂਦੀ ਬੁੱਢੇ ਨੂੰ ਅਜੇ ਵੀ ਟੀਨੇਜਰਸ ਵਾਂਗ ਚਲਾਉਂਦਾ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਹੌਲੀ ਖਾਵਾਂ ਤਾਂ ਕਹਿੰਦੇ ਸਾਰੀ ਦਿਹਾੜੀ ਮੋਲੇ ਬਲਦ ਵਾਂਗ ਉਗਾਲੀ ਕਰਦਾ ਰਹਿੰਦਾ ਜੇ ਤੇਜ਼ ਖਾਵਾਂ ਤਾਂ ਕਹਿੰਦੇ ਤੂੰ ਕਿਹੜਾ ਕਣਕ ਵੱਢਣੀ ਆ ਆਰਾਮ ਨਾਲ ਖਾ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਮੈਂ ਟੈਲੀਵਿਜ਼ਨ ਦੇਖਾਂ ਤਾਂ ਕਹਿੰਦੇ ਕੋਈ ਕਿਤਾਬ ਪੜ੍ਹ ਲੈ ਜੇ ਮੈਂ ਕਿਤਾਬ ਪੜਾਂ ਤਾਂ ਕਹਿੰਦੇ ਹੁਣ ਕਿਤਾਬਾਂ ਪੜ੍ਹ ਕੇ ਕਿਹੜਾ ਪ੍ਰੋਫੈਸਰ ਬਣਨਾ ਹੈ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਮੈਂ ਘਰ ਰਹਾ ਤਾਂ ਕਹਿੰਦੇ ਬਾਹਰ ਘੁੰਮ ਫਿਰ ਕੇ ਆ ਐਵੇਂ ਪਿੰਜਰੇ ਚ ਲੁਕਿਆ ਬੈਠਾ ਏ ਜੇ ਮੈਂ ਬਾਹਰ ਜਾਵਾਂ ਤਾਂ ਕਹਿੰਦੇ ਐਵੇਂ ਆਵਾਰਾ ਤੁਰਿਆ ਫਿਰਦਾ ਘਰੇ ਬੈਠ ਕੇ ਆਰਾਮ ਕਰ ਲੈ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਮੈਂ ਰਸੋਈ ਚ ਕੋਈ ਮਦਦ ਕਰਾਵਾਂ ਤਾਂ ਕਹਿੰਦੇ ਕੰਮ ਘੱਟ ਤੇ ਗੰਦ ਜ਼ਿਆਦਾ ਪਾਉਂਦਾ ਲੋਣ ਬਹੁਤਾ ਤੇ ਮਿਰਚ ਘੱਟ ਪਾਉਂਦਾ ਕਹਿੰਦੇ ਜਾ ਜਾ ਕੇ ਸੋਫੇ ਤੇ ਬੈਠ ਜੇ ਮੈਂ ਸੋਫੇ ਤੇ ਬੈਠ ਜਾਵਾਂ ਤਾਂ ਕਹਿੰਦੇ ਆਲੂ ਹੀ ਛਿੱਲ ਦੇ ਐਵੇਂ ਉੱਲੂਆਂ ਵਾਂਗ ਝਾਕੀ ਜਾਣਾ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਮੈਂ ਪੋਤੀ ਦੋਤੀ ਨੂੰ ਝੁਕਾਂ ਤਾਂ ਕਹਿੰਦੇ ਨਾਲੇ ਆਪ ਡਿਗੂ ਨਾਲੇ ਬੱਚੇ ਨੂੰ ਸੁਟੋ ਜੇ ਮੈਂ ਪੋਤੀ ਦੋਤੀ ਨੂੰ ਨਾ ਚੁੱਕਾਂ ਤਾਂ ਕਹਿੰਦੇ ਬੜਾ ਪੱਥਰਦਿਲ ਬੰਦਾ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਮੈਂ ਸਵੇਰੇ ਉੱਠ ਕੇ ਇਸ਼ਨਾਨ ਕਰ ਲਵਾਂ ਤਾਂ ਕਹਿੰਦੇ ਸਾਰਾ ਗਰਮ ਪਾਣੀ ਵਰਤ ਲਿਆ ਇਹਨੇ ਕਿਹੜਾ ਕੰਮ ਤੇ ਜਾਣਾ ਜੇ ਮੈਂ ਲੇਟ ਇਸ਼ਨਾਨ ਕਰਾਂ ਤਾਂ ਕਹਿੰਦੇ ਬਹੁਤਾ ਹੀ ਆਲਸੀ ਹੈ ਇਸ਼ਨਾਨ ਵੀ ਨਹੀਂ ਕਰ ਸਕਦਾ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਮੈਂ ਲੋਕਾਂ ਦਾ ਲਿਖਿਆ ਪੜਾਂ ਤਾਂ ਕਹਿੰਦੇ ਆਪ ਵੀ ਕੁਝ ਲਿਖ ਤੇ ਜੇ ਮੈਂ ਕੁਝ ਲਿਖਾਂ ਤਾਂ ਕਹਿੰਦੇ ਲੱਗਦਾ ਕਿਸੇ ਨੂੰ ਦਿਲ ਦਾ ਮਾਸ ਖਵਾ ਕੇ ਖਟੂ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਜੇ ਮੈਂ ਘਰ ਵਾਲੀ ਨਾਲ ਸੌਵਾਂ ਤਾਂ ਕਹਿੰਦੇ ਸ਼ਰਮ ਦਾ ਘਟਾ ਆ ਵੀ ਕੋਈ ਉਮਰ ਹੈ ਇਕੱਠੇ ਸੌਣ ਦੀ ਜੇ ਮੈਂ ਦੂਜੇ ਬੈਡਰੂਮ ਚ ਸੌਵਾਂ ਤਾਂ ਕਹਿੰਦੇ ਹੈ ਲੈ ਦੱਸ ਹੁਣ ਇਹਨਾਂ ਨੂੰ ਸੌਣ ਲਈ ਵੱਖਰੇ ਵੱਖਰੇ ਕਮਰੇ ਚਾਹੀਦੇ ਨੇ ਲੱਗਦਾ ਮੈਂ ਹੁਣ ਬੁੱਢਾ ਹੋ ਗਿਆ ਰੋਜ਼ ਰੋਜ਼ ਦਾ ਠੰਡਟ ਮੋਕਾਣ ਲਈ ਸਨੀਡੇ ਵਾਲੇ ਦਿਨ ਨੂੰ ਨੇ ਫੈਸਲਾ ਸੁਣਾ ਦਿੱਤਾ ਕਹਿੰਦੀ ਨਾਲੇ ਸੱਪ ਵੀ ਮਰ ਜਾਊ ਸੋਟੀ ਵੀ ਬਚ ਜਾਊ ਬੁੱਢੇ ਨੂੰ ਟੈਕਸੀ ਤੇ ਚੜਾਓ ਇਸ ਤੋਂ ਆਥਣ ਦੀ ਸ਼ਿਫਟ ਲਵਾਉ ਨਾਲੇ 에ਅਰਪੋਰਟ ਤੇ ਤਾਸ਼ ਖੇਡ ਆਇਆ ਕਰੂ ਨਾਲੇ ਕਵਿਤਾ ਕਹਾਣੀਆਂ ਲੇਖ ਪੜ ਆਇਆ ਕਰੂ ਨਾਲੇ ਮੌਜ ਮੇਲਾ ਕਰ ਆਇਆ ਕਰੂ ਦੋਸਤਾਂ ਮਿੱਤਰਾਂ ਨੂੰ ਮਿਲ ਆਇਆ ਕਰੂ ਹੱਸ ਖੇਡ ਆਇਆ ਕਰੂ ਬਿਲ ਬੱਤੀਆਂ ਦੇ ਆਇਆ ਕਰੂ ਆਉਂਦਾ ਆਉਂਦਾ ਗਰੋਸਰੀ ਲੈ ਆਇਆ ਕਰੂ ਗੋਰੀਆਂ ਗੁਰੀਆਂ ਨੂੰ ਮਿਲਾਇਆ ਕਰੂ ਖਬਰਾਂ ਸ਼ਬਰਾਂ ਸੁਣ ਆਇਆ ਕਰੂ ਜੇ ਬਹੁਤਾ ਨਹੀਂ ਤਾਂ ਸ਼ਾਮ ਨੂੰ ਬਿੱਲੀ ਦੇ ਕੰਨਾਂ ਵਰਗੇ ਦੋ ਨੋਟ ਕਮਾ ਕੇ ਲੈ ਆਇਆ ਕਰੂ ਆਪਣੇ ਹੱਥ ਫੜਾਇਆ ਕਰੂ ਘਰ ਦੀਆਂ ਕਿਸ਼ਤਾਂ ਲਈ ਮਦਦ ਕਰਾਇਆ ਕਰੂ ਘਰ ਦੀਆਂ ਕਿਸ਼ਤਾਂ ਲਈ ਮਦਦ ਕਰਾਇਆ ਕਰੂ ਤੁਨੂੰ